ਲੁਧਿਆਣਾ ਪੁਲਿਸ ਨੇ ਸੀਏ ਸਟਾਫ ਦੇ ਮੁਲਾਜ਼ਮ ਦੱਸਣ ਵਾਲੇ ਦੋ ਨਕਲੀ ਪੁਲਿਸ ਵਾਲਿਆਂ ਨੂੰ ਕਾਬੂ ਕੀਤਾ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਏਡੀਸੀਪੀ ਗੁਰਪ੍ਰੀਤ ਸਿੰਘ ਸਕੰਦ ਨੇ ਦੱਸਿਆ ਕਿ ਫੜੇ ਗਏ ਆਰੋਪੀ ਸੀਏ ਸਟਾਫ ਦੇ ਨਕਲੀ ਪੁਲਿਸ ਵਾਲੇ ਬਣ ਕੇ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕਰਦੇ ਸਨ ਅਤੇ ਡਰਾ ਧਮਕਾ ਕੇ ਪੈਸਿਆਂ ਦੀ ਡਿਮਾਂਡ ਕਰਦੇ ਸਨ। ਇਹ ਚਾਰ ਵਿਅਕਤੀਆਂ ਦਾ ਗਿਰੋਹ, ਜਿਸ ਵਿੱਚੋਂ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਏਡੀਸੀਪੀ ਸਕੰਦ ਨੇ ਕਿਹਾ ਕਿ ਇਸ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਦੋ ਆਰੋਪੀ ਹੋਰ ਹਨ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪਿਛਲੇ ਕੁਛ ਸਮੇਂ ਤੋਂ ਇੱਕ ਗੰਨਲ ਆ ਰਹੀ ਸੀਗੀ ਵੀ ਕੁਛ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨਾਲ, ਦੁਕਾਨਦਾਰਾਂ ਨਾਲ, ਏਜੰਟਾਂ ਨਾਲ ਠੱਗੀ ਠੋਰੀ ਕਰ ਰਹੇ ਨੇ। ਤਾਂ ਉਹਦੇ 'ਚ ਇੱਕ ਕੇਸ ਬਹਾਦਰਕੇ ਰੋਡ 'ਤੇ ਇੱਕ ਦਵਾਈਆਂ ਦੀ ਦੁਕਾਨ ਆ ਜਿੱਥੇ ਚਾਰ ਬੰਦੇ ਜਾਂਦੇ ਨੇ, ਆਪਣੇ ਆਪ ਨੂੰ ਸੀ ਆਈ ਏ ਸਟਾਫ ਦੱਸਦੇ ਨੇ। ਕਿੱਥੋਂ ਦਾ ਸੀ ਆਈ ਏ ਸਟਾਫ? ਉਹ ਨਹੀਂ ਵੀ ਅਸੀਂ ਸੀ ਆਈ ਏ ਸਟਾਫ ਤੋਂ ਆਏ ਹਾਂ, ਤੁਸੀਂ ਨਸ਼ੇ ਵਾਲੀਆਂ ਦਵਾਈਆਂ ਵੇਚ ਰਹੇ ਹੋ, ਚਲੋ ਤੁਹਾਡੇ 'ਤੇ ਪਰਚਾ ਦੇਣਾ। ਉਹ ਬੰਦਾ ਘਬਰਾ ਕੇ ਇਹ ਉਹਦੇ ਤੋਂ ਡਿਮਾਂਡ ਕਰਦੇ ਨੇ 5 ਲੱਖ ਦੀ, ਅਤੇ ਉਹ 2 ਲੱਖ ਇਹਨਾਂ ਨੂੰ ਦੇ ਦਿੰਦਾ। ਉਹ ਗੱਡੀ 'ਚ ਇੱਕ ਇਹਨਾਂ ਕੋਲ ਕਾਰ ਵੀ ਹੈਗੀ ਆ, ਉਹਦੇ 'ਚ ਬਹਿ ਕੇ ਪੈਸੇ ਲੈ ਕੇ ਉੱਥੋਂ ਇਹ ਰਫੂ ਚੱਕਰ ਹੋ ਜਾਂਦੀ। ਉਸ ਤੋਂ ਬਾਅਦ ਉਹ ਗੱਲ ਕੰਪਲੇਂਟ ਸਾਡੇ ਕੋਲ ਆਉਂਦੀ ਹੈ, ਤਾਂ ਅਸੀਂ ਉਹਦਾ FIR ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਸਟਾਰਟ ਹੁੰਦੀ ਹੈ। ACP ਵਰਿਆਮ ਸਿੰਘ ਅਤੇ SHO ਸਤਵੰਤ ਸਿੰਘ ਡਿਵੀਜ਼ਨ ਨੰਬਰ 4 ਦੇ ਜਿਹੜੇ SHO ਨੇ, ਇਹਨਾਂ ਦੀ ਟੀਮ ਨੇ ਫਿਰ ਇਹ ਦੋਨੋਂ, ਇਹ ਚਾਰ ਬੰਦਿਆਂ ਦਾ ਗਰੁੱਪ ਹੈ, ਇਹਨਾਂ 'ਚੋਂ 2 ਅਰੈਸਟ ਕਰ ਲਏ, 2 ਇੱਕ ਹੈਪੀ ਅਤੇ ਇੱਕ ਭੁੱਪੀ, ਉਹ ਫੜਨੇ ਰਹਿੰਦੇ ਨੇ। ਇਹਦੇ 'ਚ ਦੱਸਣ ਵਾਲੀ ਗੱਲ ਇਹ ਆ ਵੀ ਇਹਨਾਂ 'ਚੋਂ ਇਹੀ ਟੀਮ ਇੱਕ ਕੁਛ ਸਮੇਂ ਪਹਿਲਾਂ ਜਲੰਧਰ ਇੱਕ ਏਜੰਟ ਤੋਂ ਇਹਨਾਂ ਨੇ ਕਿਸੇ ਨੇ ਪੈਸੇ ਲੈਣੇ ਸੀ, ਉਹ ਪੈਸੇ ਲੈਣ ਲਈ ਇਹ ਸਿੱਧੇ ਏਜੰਟ ਕੋਲ ਚਲੇ ਜਾਂਦੇ ਨੇ। ਉੱਥੇ ਉਹਦੇ ਨਾਲ 1 ਲੱਖ 'ਚ ਡੀਲ ਹੁੰਦੀ ਹੈ, 20,000 ਮਿਲ ਜਾਂਦਾ। ਉਹ ਏਜੰਟ ਫਿਰ ਬਾਅਦ 'ਚ ਜਿਹੜੇ ਰਿਮੇਨਿੰਗ ਅਮਾਊਂਟ ਸੀ ਉਹਦੇ ਬਾਰੇ ਉਹ ਵਿਜੀਲੈਂਸ ਨੂੰ ਦੱਸ ਦਿੰਦਾ ਵੀ ਪੁਲਿਸ ਵਾਲੇ ਮੇਰੇ ਤੋਂ ਪੈਸੇ ਮੰਗਦੇ ਨੇ। ਤਾਂ ਵਿਜੀਲੈਂਸ ਇਹ ਸੋਚ ਕੇ ਵੀ ਪੁਲਿਸ ਆਫਿਸਰ ਜਾਂ ਕੌਣ ਹੈ, ਤਾਂ ਉਹ ਟਰੈਪ ਲਾ ਕੇ ਉੱਥੇ ਇੱਕ ਬੰਦਾ ਫੜਿਆ ਜਾਂਦਾ। ਉਹ ਇਹਨਾਂ ਦੇ ਪੁਰਾਣੇ ਕੇਸ ਬਾਰੇ ਦੱਸ ਰਿਹਾ ਮੈਂ। ਉਹ ਜਿਹੜਾ ਫੜਿਆ ਗਿਆ ਸੀਗਾ ਉਹਦਾ ਨਾਂ ਹੈਗਾ ਅਮਨਦੀਪ। ਉਹ ਅਮਨਦੀਪ ਵੀ ਇਸ ਜਿਹੜਾ ਦਵਾਈਆਂ ਦੀ ਦੁਕਾਨ 'ਤੇ ਸਾਡੇ ਬਹਾਦਰਕੇ ਰੋਡ 'ਤੇ ਹੋਇਆ, ਉਹਦੇ 'ਚ ਇਨਵੋਲਵ, ਤਾਂ ਉਹ ਵੀ ਫੜ ਲਿਆ। 2 ਫੜੇ ਗਏ, 2 ਵਾਲੇ ਫੜਨੇ ਰਹਿੰਦੇ ਨੇ ਸਾਡੇ। ਅਤੇ ਇਹਨਾਂ ਦਾ ਸਾਡੀ ਜਿਹੜੀ ਕੋਈ ਵੀ ਪੁਲਿਸ ਅਫਸਰ ਜਾਂ ਥੱਲੜੇ ਉੱਪਰਲੇ ਲੈਵਲ 'ਤੇ ਕਿਸੇ ਨਾਲ ਕੋਈ ਕੰਟੈਕਟ ਨਹੀਂ ਹੈ। ਮੇਰੀ ਗੱਲ ਸਮਝ ਗਏ ਨਾ ਤੁਸੀਂ? ਇਹ ਇਹਨਾਂ ਦਾ ਸੈਲਫ ਸਟਾਈਲ, ਇੱਕ ਆਪਣਾ ਗਰੁੱਪ ਬਣਿਆ, ਠੱਗੀਆਂ ਟੋਰੀਆਂ ਮਾਰਦੇ ਨੇ। ਇਹ ਦੇਖੋ ਹੁਣ ਇਹਨਾਂ ਦਾ ਰੁਮਾਨ ਲਿਆ, ਪਿਛਲੇ 1 ਸਾਲ ਤੋਂ ਇਹ ਕਹਿੰਦੇ ਵੀ ਜਿੱਥੇ ਵੀ ਸਾਡਾ ਦੌਰ ਲੱਗਦਾ ਸੀ ਲਾ ਦਿੰਦੇ ਸੀ। ਸਾਲ ਤੋਂ ਚੱਲ ਰਿਹਾ ਇਹਨਾਂ ਦਾ, ਕਿੱਥੇ ਕਿੱਥੇ ਕੀ ਕੀਤਾ, ਹੁਣ ਅਸੀਂ ਡਿਟੇਲ 'ਚ ਇਹਨਾਂ ਤੋਂ ਰੁਮਾਨ ਲੈ ਕੇ ਸਾਰੀ ਪੁੱਛਗਿੱਛ ਕਰ। ਨਹੀਂ ਨਹੀਂ ਨਹੀਂ, ਇਹ ਆਪਣੇ ਆਪ ਨੂੰ CIA ਸਟਾਫ ਦੇ ਹੀ ਦੱਸਦੇ ਸੀ, ਇਸ ਕਰਕੇ ਕੋਈ ਬੰਦਾ ਸਟਾਫ ਦਾ, ਕਿਉਂਕਿ ਸਿਵਲ 'ਚ ਹੁੰਦੇ ਸੀਗੇ, ਨਾ ਹੀ ਕੋਈ ਕੋਸ਼ਿਸ਼ ਕਰਦਾ ਸੀ ਪੁੱਛਣ ਦੀ ਵੀ ਹਾਈਕੋਰਟ ਦਿਖਾਓ, ਇਸ ਤਰ੍ਹਾਂ ਦੀ ਗੱਲ। ਇਹਨਾਂ ਦੀ ਲੁੱਕ ਜੇ ਤੁਸੀਂ ਦੇਖੋਗੇ ਤਾਂ ਤੁਸੀਂ ਫਸਟ ਇੰਪ੍ਰੈਸ਼ਨ ਤੁਹਾਡਾ ਇਸ ਤਰ੍ਹਾਂ ਹੀ ਜਾਊਗਾ ਵੀ ਇਹ ਪੁਲਿਸ ਅਫਸਰ ਜਾਂ ਪੁਲਿਸ ਮੁਲਾਜ਼ਮ ਨੇ, ਇਸ ਤਰ੍ਹਾਂ ਦਾ ਇਹਨਾਂ ਦਾ। ਔਰ ਇਹ ਜਦੋਂ ਆਪਸ 'ਚ ਗੱਲ ਵੀ ਕਰਦੇ ਨੇ ਕਿਸੇ ਦੇ ਸਾਹਮਣੇ ਤਾਂ ਸਰ ਸਰ ਕਹਿ ਕੇ ਤਾਂ ਕਿ ਲੱਗੇ ਵੀ ਇਹ ਸਾਡਾ ਬੌਸ ਹੈ, ਇਹ ਸਾਡਾ ਗਨਮੈਨ ਆ, ਇਸ ਤਰ੍ਹਾਂ ਕਰਦੇ। ਨਹੀਂ ਨਹੀਂ ਟ੍ਰੇਨਿੰਗ ਨਹੀਂ, ਚਲਾਕ ਨੇ, ਤੇਜ਼ ਨੇ ਕਾਫੀ। ਉਹ ਜਿਹੜੇ 2 ਫਰਾਰ ਨੇ ਉਹ ਹਾਂ ਇੱਥੋਂ ਦੇ ਨੇ ਸਾਰੇ, ਲੋਕਲ ਹੀ ਇੱਥੇ ਕਿਰਾਏ 'ਤੇ ਰਹਿੰਦੇ ਸੀਗੇ। ਉਹ ਜਿੱਥੇ ਰਹਿੰਦੇ ਸੀ ਉਹ ਉਹਦੇ 'ਤੇ ਵੀ ਅਸੀਂ ਐਕਸ਼ਨ ਕਰ ਰਹੇ ਹਾਂ, 188 'ਚ ਪਰਚਾ ਦੇ ਰਹੇ ਹਾਂ ਜੀ। 1200 ਰਿਕਵਰ ਹੋ ਗਏ ਸਰ, 12,000 ਸੋਰੀ, ਨਹੀਂ ਵੈਪਨ ਨਹੀਂ ਇਹਨਾਂ ਕੋਲ ਮਿਲਿਆ, 2 ਲੱਖ ਇੱਥੇ, 1 ਲੱਖ ਦੀ ਉੱਥੇ ਡੀਲ ਹੋਈ ਸੀ ਜਲੰਧਰ, ਉਹਦੇ 'ਚੋਂ 20,000, ਮਤਲਬ ਬਾਕੀ ਇਹਨਾਂ ਨੇ ਜਿਹੜਾ ਕੇਸ ਵਾਲੇ ਨਹੀਂ ਰਜਿਸਟਰ ਹੋਏ ਕੀ ਕੀਤਾ ਇਹਨਾਂ ਨੇ, ਉਹ ਅਸੀਂ ਪੁੱਛ ਗਿੱਛ ਕਰ ਰਹੇ ਹਾਂ। ਨਹੀਂ ਨਹੀਂ ਇਹ ਜਿਹੜਾ ਦੂਜਾ ਕੇਸ ਆ ਜਲੰਧਰ ਦਾ। ਬਿਊਰੋ ਰਿਪੋਰਟ, KDT ਨਿਊਜ਼ TV, ਲੁਧਿਆਣਾ।